ਯੋ ਗਾ ਪਤਾ ਉੱਥੇ ਮੇਰੇ ਐਕਸੀਡੈਂਟ ਹੋ ਗਿਆ ਕਿੱਥੇ ਪਤਾ ਕਿੱਥੇ ਉੱਥੇ ਕਾਹਦੇ ਨਾਲ ਹੋ ਗਿਆ ਤੇ ਮੇਰੇ ਨਾਲ ਚੱਲੇ ਕਿੱਥੇ ਉਹ ਹੁਣ ਤਾਂ ਕੰਮ ਕਰਕੇ ਗਏ ਨੇ ਉਹ ਹੈ ਹਾਂ ਪਤਾ ਜਦੋਂ ਤੁਸੀਂ ਘਰੋਂ ਗਏ ਸੀ ਤੁਹਾਡੇ ਨਾਲ ਕੌਣ ਸੀ ਜੀ ਮੈਂ ਤੇ ਮੰਮੀ ਨਾਲ ਸੀ ਜੀ ਹਾਂ ਤੁਹਾਡੇ ਨਾਲ ਹੋਰ ਤਾਂ ਨਹੀਂ ਸੀ ਕੋਈ ਪਤਾ ਨਾ ਜੀ ਅੱਛਾ ਤੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਸੀ ਮੈਨੂੰ ਦੱਸੋ ਬੈਠ ਕੇ ਦੱਸੋ ਜੀ ਸੜਕ ਤੇ ਜਾਈ ਜਾਂਦੇ ਜੀ ਪਿੱਛੋਂ ਆ ਕੇ ਟਰੱਕ ਵੱਜਿਆ ਜੀ ਵਿੱਚ ਅੱਛਾ ਟਰੱਕ ਤੇ ਤੂੰ ਕਿਹੜੇ ਪਾਸੇ ਸੀ ਜੀ ਮੈਂ ਤਾਂ ਇੱਧਰਲੇ ਪਾਸੇ ਸੀ ਜੀ ਅੱਛਾ ਤੇਰੇ ਤਾਂ ਛੱਟ ਵੱਜੇ ਕਿਤੇ ਕੋਈ ਨਾ ਜੀ ਅੱਛਾ ਚੁੱਪ ਕਰ ਜਾ ਚੁੱਪ ਕਰ ਜਾ ਠੀਕ ਹੈ ਨਾ ਕੋਈ ਨਾ ਬਹੁਤ ਮਾੜਾ ਕੰਮ ਹੋਇਆ ਜਿਹੜਾ ਹੋਇਆ ਬਹੁਤ ਚੁੱਪ ਕਰ ਬਸ ਰੋਣਾ ਨਹੀਂ ਬਸ ਜਿਹੜਾ ਭਾਣਾ ਸੀ ਉਹ ਤਾਂ ਵਰਤ ਗਿਆ ਠੀਕ ਹੈ ਅਤੇ ਪਹਿਲਾਂ ਤਾਂ ਤੇਰੀ ਮਾਂ ਦੇਖ ਕੰਮ ਕਰਕੇ ਤੁਹਾਡਾ ਢਿੱਡ ਪਾਲੀ ਜਾਂਦੀ ਸੀ ਠੀਕ ਹੈ ਨਾ ਹੁਣ ਤਾਂ ਪਤਾ ਤੈਨੂੰ ਹੀ ਕੰਮ ਕਰਨਾ ਪਊਗਾ ਠੀਕ ਹੈ ਤੈਨੂੰ ਮੈਂ ਕਿਤੇ ਨਹੀਂ ਜਾਣ ਦਿੰਦਾ ਠੀਕ ਹੈ ਤੈਨੂੰ ਮੈਂ ਇੱਥੇ ਨਾਲੇ ਪੜ੍ਹਾਊਂਗਾ ਵੀ ਤੈਨੂੰ ਠੀਕ ਹੈ ਨਾਲੇ ਤੈਨੂੰ ਇੱਥੇ ਆਪਣੇ ਕੰਮ ਕਰ ਲਿਆ ਕਰੀ ਠੀਕ ਹੈ ਕੰਮ ਕਰ ਲਿਆ ਕਰੇਗਾ ਮੇਰੇ ਕੋਲ ਤਾਂ ਠੀਕ ਹੈ ਦੇਖ ਉਹ ਕਮਰਾ ਨਾ ਆਪਣਾ ਉੱਥੇ ਰਿਹਾ ਕਰੀ ਤੂੰ ਠੀਕ ਹੈ ਓਕੇ ਹਾਂ ਰੋਣਾ ਨਹੀਂ ਬਸ ਕੋਈ ਨਾ ਦੇਖ ਕਰਨੂਰ ਆਪਣਾ ਪੜ੍ਹਦਾ ਨਾ ਠੀਕ ਹੈ ਨਾ ਤੂੰ ਵੀ ਇੱਥੇ ਪੜ੍ਹਨਾ ਠੀਕ ਹੈ ਇੱਥੇ ਹੀ ਰਹਿਣਾ ਠੀਕ ਹੈ ਨਾ ਉਹ ਕਮਰਾ ਤੈਨੂੰ ਦਿੱਤਾ ਓਕੇ ਸਮਝ ਗਿਆ ਨਾ ਮੇਰਾ ਪੁੱਤ ਸਾਰਾ ਕੁਛ ਤੈਨੂੰ ਲੀੜਾ ਕੱਪੜਾ ਕਿਤਾਬਾਂ ਜੋ ਖਰਚਾ ਹੋਊਗਾ ਮੈਂ ਕਰੂੰਗਾ ਠੀਕ ਹੈ ਨਾ ਹਾਂ ਕੀ ਹੋ ਗਿਆ ਉਹ ਕੀ ਦੱਸਾਂ ਪੁੱਤ ਬਹੁਤ ਬਹੁਤ ਮਾੜਾ ਕੰਮ ਹੋ ਗਿਆ ਆ ਅਰਸ਼ੂ ਕਿਵੇਂ ਬੈਠੀ ਹੋ ਪਹਿਲਾਂ ਤਾਂ ਕਿਤੇ ਆਈ ਨਹੀਂ ਆਪਣੇ ਘਰੇ ਉਹ ਕੀ ਦੱਸਾਂ ਪੁੱਤ ਤੈਨੂੰ ਦੱਸੀ ਤਾਂ ਜਾਂਦਾ ਇਹਦਾ ਇਹਦੀ ਮੰਮੀ ਦਾ ਐਕਸੀਡੈਂਟ ਹੋ ਗਿਆ ਉਹ ਐਕਸਪਾਇਰ ਹੋ ਗਿਆ ਉੱਥੇ ਇਹ ਹੁਣ ਆਪਣੇ ਘਰੇ ਰਹੂਗੀ ਠੀਕ ਹੈ ਨਾ ਹਾਂ ਇੱਥੇ ਪੜ੍ਹਿਆ ਕਰੂਗੀ ਇਹ ਠੀਕ ਹੈ ਤੂੰ ਇੱਧਰ ਪੜ੍ਹ ਲਿਆ ਕਰੀ ਇੱਧਰ ਪੜ੍ਹ ਲਿਆ ਆਗੇ ਪੁੱਤ ਅੰਕਲ ਜੀ ਮੈਂ ਸਾਰੇ ਜਿਹੜੇ ਨਾਲ ਫਸਟ ਆਈ ਹਾਂ ਤੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ
अच्छा पास हो गई है, तेरा की होया वो? मैं तो मसा ही पास होया बापू। ਤਾਂ ਮਸਾ ਪਾਸ ਹੋਣਾ ਹੀ ਸੀ। ਪਤਾ ਤਾਂ ਹੈਗਾ, ਤੇਰੇ ਤਾਂ ਨੰਬਰ ਹੀ ਵਾਲੇ ਘੱਟ ਨੇ। ਪਤਾ ਤਾਂ ਹੈਗਾ ਸਾਨੂੰ ਵੀਰ ਪੜ੍ਹਾਈ ਦਾ, ਪਤਾ ਤਾਂ ਹੈਗਾ। ਤੂੰ ਤੇਰਾ ਕੁਛ ਨਹੀਂ ਹੋ ਸਕਦਾ ਦਾਦਾ, ਤੂੰ ਤਾਂ ਲੈ ਲੈ ਜਿਹੜਾ ਕੁਛ ਲਾਉਣਾ ਸੀਗਾ। ਤੇਰੇ ਤੇਰੇ ਨੰਬਰ ਦਿਖਾ ਪੁੱਤ ਓਏ। ਵੈਰੀ ਗੁੱਡ ਵੈਰੀ ਗੁੱਡ, ਇਹਦੇ ਤਾਂ ਆ ਗਏ 98% ਨੰਬਰ। 98% ਨੰਬਰ ਆਇਆ ਤੇ ਫਿਰ ਹੀ ਸਾਰਿਆਂ ਸਕੂਲਾਂ ਜ਼ਿਲ੍ਹੇ 'ਚੋਂ ਫਸਟ ਆਈ ਹੈ। ਦੇਖ ਹੈਂ, ਤੂੰ ਨਾਲੇ ਸਾਰਾ ਘਰ ਦਾ ਕੰਮ ਕਰਦੀ ਹੈ ਇਹ, ਨਾਲੇ ਉੱਥੇ ਦੇਖ ਲਾ ਬਲਬ ਦੀ ਲਾਈਟ ਕਿਤੇ ਆ ਜਾਂਦੀ ਹੈ ਕਿਤੇ ਚੱਲ ਜਾਂਦੀ ਹੈ, ਉੱਥੇ ਪੜ੍ਹਦੀ ਹੈ ਇਹ। ਤੈਨੂੰ ਇੰਨੀਆਂ ਸਹੂਲਤਾਂ ਮਿਲੀਆਂ ਹੋਈਆਂ ਨੇ, ਤੂੰ ਫਿਰ ਵੀ ਨਹੀਂ ਪੜ੍ਹਦਾ। ਅਕਲ ਨੂੰ ਹੱਥ ਮਾਰ ਲਾ ਮਾੜੀ ਮੋਟੀ। ਵੈਰੀ ਗੁੱਡ ਵੈਰੀ ਗੁੱਡ, ਹੁਣ ਕਹਾਂ ਪੜ੍ਹੇਗਾ ਬੱਤ ਤੂੰ ਹੋਰ? ਅੱਛਾ ਠੀਕ ਹੈ, ਚਲੋ ਕਰੋ ਕੰਮ, ਚਲੋ ਚਲੋ ਤੂੰ ਵੀ। ਤੈਨੂੰ ਪਤਾ ਨੀ ਅਸੀਂ ਵੱਡੇ ਬੰਦੇ ਆ, ਤੇਰੇ ਵਰਗੇ ਦੇ ਪਿੰਡ ਚ ਵੀ ਫਿਰਦੇ ਨੇ। ਮੇਰੇ ਭਰਾ ਦੇ ਕੰਮ ਕਿਉਂ ਮੋਬਾਈਲ ਸੌਦੀ ਆ? ਫਿਰ ਤਾਂ ਬਹੁਤ ਵਧੀਆ ਵੈਰੀ ਗੁੱਡ। ਅੱਛਾ ਫਿਰ ਆਪਾਂ ਐ ਕਰਦੇ ਆ, ਹੁਣ ਵੀਜ਼ਾ ਅਪਲਾਈ ਕਰ ਦਿੰਦੇ ਆ। ਵੈਰੀ ਗੁੱਡ, ਵਧਾਈਆਂ ਫਿਰ ਤਾਂ। ਇੱਕ ਦੇਖ ਤੁਸੀਂ ਹੋ, ਹੈ ਮਿਹਨਤ ਕਰਕੇ ਇੱਥੋਂ ਤੱਕ ਪਹੁੰਚ ਗਏ, ਠੀਕ ਹੈ ਨਾ। ਇੱਕ ਆਪਣਾ ਉਹ ਦੇਖ ਗਰਨੂਰ ਹੈ, ਉਹਨਾਂ ਤਾਂ ਪੜ੍ਹਦਾ ਗਾ, ਲੜਾਈਆਂ 'ਚ ਹੀ ਸਾਰਾ ਟਾਈਮ ਕੱਢਤਾ ਉਹਨੇ। ਦੇਖ ਚਲੋ ਠੀਕ ਹੈ, ਚਲੋ ਡਰੈਸ ਚੇਂਜ ਕਰ ਲਓ। ਠੀਕ ਹੈ ਬੇਟੇ, ਉੱਥੇ ਜਾ ਕੇ ਨਾ ਫੋਨ ਕਰਦੇ ਰਹੋ, ਠੀਕ ਹੈ ਸਾਨੂੰ? ਹਾਂ ਅੰਕਲ ਜੀ, ਤੁਹਾਡਾ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਜੀ? ਜਿੰਨਾ ਤੁਸੀਂ ਮੇਰਾ ਕੀਤਾ ਜੀ, ਇੰਨਾ ਤਾਂ ਕੋਈ ਆਪਦੀ ਧੀ ਦਾ ਵੀ ਨਹੀਂ ਕਰਦਾ। ਤੁਸੀਂ ਫਿਰ ਵੀ ਬੇਗਾਨੇ ਦਾ ਕੀਤਾ, ਤੁਸੀਂ ਮੈਨੂੰ ਇੰਨਾ ਪੜ੍ਹਾਇਆ ਲਿਖਾਇਆ। ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੇਟੇ, ਜੋ ਅਸੀਂ ਨਹੀਂ ਕੀਤਾ ਉਹ ਪਰਮਾਤਮਾ ਨੇ ਕੀਤਾ। ਜੋ ਕੁਛ ਵੀ ਕਰਿਆ ਨਾ ਉਹ ਪਰਮਾਤਮਾ ਨੇ ਕੀਤਾ ਹੈਗਾ। ਬੰਦਾ ਕੌਣ ਹੈ ਕਰਨ ਵਾਲਾ? ਬੰਦਾ ਕੁਛ ਨਹੀਂ ਕਰ ਸਕਦਾ ਅੰਕਲ ਜੀ। ਦੁਨੀਆਂ 'ਤੇ ਇਹੋ ਜਿਹੇ ਤੁਹਾਡੇ ਵਰਗੇ ਇਨਸਾਨ ਕੋਈ ਕੋਈ ਕਰ ਸਕਦੇ ਜੀ? ਸਾਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਮਤਲਬ ਇਸ ਤਰ੍ਹਾਂ ਕੋਈ ਗੱਲ ਨਹੀਂ, ਜੋ ਕਰਿਆ ਪਰਮਾਤਮਾ ਨੇ ਕਰਿਆ, ਠੀਕ ਹੈ ਨਾ। ਮੈਂ ਕੁਛ ਨਹੀਂ ਕਰਨਾ,
ਚਲੋ ਠੀਕ ਹੈ ਤੁਸੀਂ ਤੂੰ ਅੰਕਲ ਜੀ ਦਾ ਧਿਆਨ ਰੱਖਿਆ ਕਰੀ ਤੇ ਲੜਾਈ ਝਗੜੇ ਚ ਨਾ ਪਿਆ ਕਰ ਤੂੰ ਪੜ੍ਹਾਈ ਵੱਲ ਧਿਆਨ ਦੇ ਚਲੋ ਠੀਕ ਹੈ ਹੈਲੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਕਰਿਓ ਅਤੇ ਕਿੱਦਾਂ ਜੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਅੱਗੇ ਹੋਰ ਜਾਣਿਆਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਠੀਕ ਹੈ ਧੰਨਵਾਦ।